ਸਾਸ਼ਟਿਕਾ ਦੋਸਤੋ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਕਬੱਡੀ ਦੇ ਵਿੱਚ ਸੂਗ ਦੀ ਲਹਿਰ ਦੌੜ ਰਹੀ ਹੈ ਤੇ ਹਰ ਪਾਸੇ ਜੋ ਐ ਸੰਦੀਪ ਨੰਗਲੰਬੀਆਂ ਦੇ ਬਾਰੇ ਗੱਲ ਹੋ ਰਹੀ ਹੈ ਕਿ ਕਿੱਦਾਂ ਮਾਰਿਆ ਗਿਆ ਉਸ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ ਹੈ ਦੋਸਤੋ ਜੋ ਐ ਹਮਲਾਵਾਰਾਂ ਦੇ ਵੱਲੋਂ ਗੈਂਗਸਟਰ ਵੀ ਕਹਿ ਸਕਦੇ ਹਾਂ ਕਿਉਂਕਿ ਹੁਣ ਗੈਂਗਸਟਰਾਂ ਤੇ ਹੀ ਲਗਭਗ ਕਿਹਾ ਜਾ ਰਿਹਾ ਹੈ ਕਿ ਉਹ ਗੈਂਗਸਟਰ ਹੀ ਸੀ ਤੇ ਕੋਈ ਕਹ ਰਿਹਾ ਹੈ ਕਿ ਜੱਗੂ ਜੱਗੂ ਭਗਵਾਨਪੁਰ ਵੱਲੋਂ ਦੋਸਤੋ ਸੰਦੀਪ ਕੰਮ ਕਰਦਾ ਸੀ ਪਰ ਇਹ ਹੁਣ ਫੇਕ ਨਿਊਜ਼ ਵੀ ਹਨ ਦੋਸਤੋ ਕਈ ਤੇ ਕਈ ਸੱਚ ਵੀ ਨਿਕਲ ਕੇ ਆ ਰਹੇ ਹਨ ਤੇ ਦੋਸਤੋ ਲਾਇਰੈਂਸ ਬਿਸ਼ਨੋਈ ਗਰੁੱਪ ਵੱਲੋਂ ਵੀ ਇਹ ਕਿਹਾ ਗਿਆ ਹੈ ਫੇਕ ਨਿਊਜ਼ ਵੀ ਆ ਰਹੀਆਂ ਹਨ ਤੇ ਕੋਈ ਕ ਤੁਹਾਨੂੰ ਸੱਚ ਵੀ ਲੱਗੂਗਾ ਕਿਉਂਕਿ ਦੋਸਤੋ ਬਹੁਤ ਹੀ ਜ਼ਿਆਦਾ ਦੁੱਖ ਭਰੀ ਆਪਾਂ ਨੂੰ ਗੱਲ ਦੇਖਣ ਨੂੰ ਮਿਲੀ ਹੈ ਲਗਭਗ ਦੋਸਤੋ ਸਿਰਫ ਸੰਦੀਪ ਨਹੀਂ ਜੋ ਹੈ ਖਤਮ ਹੋਇਆ ਸਾਰੀ ਕਬੱਡੀ ਦੇ ਕਬੱਡੀ ਹੀ ਦੋਸਤੋ ਉਸ ਦੇ ਕਾਰਨ ਸੀ ਕਬੱਡੀ ਹੀ ਖਤਮ ਹੋ ਚੁੱਕੀ ਹੈ ਤੇ ਦੋਸਤੋ ਸੰਦੀਪ ਬਿਨਾ ਮੇਜਰ ਲੀਗ ਫੈਡਰੇਸ਼ਨ ਫਿਰ ਤੂੰ ਦੂਰੀ ਵਾਰ ਕਰਵਾਉਣੀ ਬਹੁਤ ਔਖੀ ਆ ਕਿਉਂਕਿ ਪ੍ਰਮੋਟਰ ਸੀ ਸੰਦੀਪ ਮੇਜਰ ਲੀਗ ਦਾ ਵੱਡਾ ਪ੍ਰਮੋਟਰ ਮੰਨਿਆ ਜਾਂਦਾ ਸੀ ਐਮ ਐਲ ਕੇ ਦੇ ਵਿੱਚ ਵੱਡਾ ਨਾਂ ਸੀ ਸੰਦੀਪ ਦਾ ਦੋਸਤੋ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਟੌਪ ਨੰਬਰ 1 ਦਾ ਜਾਫੀ ਮੰਨਿਆ ਜਾਂਦਾ ਸੀ ਤੇ ਦੋਸਤੋ 32 ਸਾਲ ਤੋਂ ਕੋਈ ਕਬੱਡੀ ਨਹੀਂ ਖੇੜ ਸਕਦਾ ਸਿਰਫ ਇਹੀ ਖਿਡਾਰੀ ਸੀ ਜਿਸ ਨੇ 30 ਸਾਲ ਕਬੱਡੀ ਖੇਡੀ ਹੈ ਜਿਕਰ ਦੋਸਤੋ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾ ਵੱਲੋਂ ਇਹ ਪੋਸਟ ਪਾਈ ਗਈ ਹੈ ਕਿ ਇਨਸਾਫ ਮੈਨ ਤੱਕ ਨਹੀਂ ਹੋਵੇਗਾ ਕਬੱਡੀ ਦਾ ਰੀਦਾ ਸੰਸਕਾਰ ਸੰਦੀਪ ਨੰਗਲੰਬੀਆਂ ਦਾ ਤੇ ਦੋਸਤੋ ਕੱਲ ਇਕੱਠ ਵੀ ਬਹੁਤ ਜ਼ਿਆਦਾ ਹੋਇਆ ਸੀ ਨਕੋਦਰ ਦੇ ਵਿੱਚ 9 ਵਜੇ ਸਿਵਲ ਹਸਪਤਾਲ ਦੇ ਕੋਲ ਦੋਸਤੋ ਸਾਰੇ ਖੇਡ ਪ੍ਰੇਮੀ ਜੋ ਪੁੱਜੇ ਸੀ ਸੰਦੀਪ ਨੂੰ ਜੋ ਪਿਆਰ ਕਰਦੇ ਸੀ ਤੇ ਦੋਸਤੋ ਖੁਸ਼ੀ ਦੀ ਵੀ ਤੁਹਾਨੂੰ ਪੋਸਟਰ ਦੇਖਣ ਨੂੰ ਮਿਲੀ ਸੀ ਤੇ ਦੂਜੀ ਪੋਸਟ ਸੰਦੀਪ ਦੋਦ ਦੇ ਵੱਲੋਂ ਪਾਈ ਗਈ ਸੀ ਤੇ ਤੀਜੀ ਪੋਸਟ ਦੋਸਤੋ ਇਹ ਫੇਰ ਨਕੋਦਰ ਵਾਲੀ ਹੀ ਦੁੱਲਾ ਬੱਗੇਪਿੰਡ ਨੇ ਵੀ ਪਾਈ ਸੀ ਮਣੀ ਮੱਲੀਆਂ ਵਾਲੇ ਨੇ ਵੀ ਦੋਸਤੋ ਬਹੁਤ ਜ਼ਿਆਦਾ ਅਫਸੋਸ ਪ੍ਰਗਟ ਕੀਤਾ ਸੀਗਾ ਮਣੀ ਮੱਲੀਆਂ ਵਾਲੇ ਨੇ ਵੀ ਪੋਸਟ ਦੀਪ ਤੇ ਪਾਈ ਸੀ ਬਾਕੀ ਦੋ ਤਾਂ ਸਾਰੇ ਹੀ ਹੁਣ ਅਫਸੋਸ ਦੇ ਵਿੱਚ ਹਨ ਕਿਉਂਕਿ ਜੋ ਕਬੱਡੀ ਦੇ ਵਿੱਚ ਅੱਜ ਹੋਇਆ ਹੈ ਸੰਦੀਪ ਨਾਲ ਹੋਇਆ ਉਹ ਹੋਰ ਕਿਸੇ ਖਿਡਾਰੀ ਨਾਲ ਵੀ ਹੋ ਸਕਦਾ ਕਬੱਡੀ ਦੇ ਵਿੱਚ ਡਰ ਹੋਵੇਗਾ ਹੁਣ ਦੋਸਤੋ ਹੋਰ ਖਿਡਾਰੀਆਂ ਲਈ ਵੀ ਬਹੁਤ ਜ਼ਿਆਦਾ ਖਤਰਾ ਜੋ ਤੱਕ ਸੰਦੀਪ ਨੂੰ ਇਨਸਾਫ ਨਹੀਂ ਮਿਲਦਾ ਸਾਰੇ ਟੂਰਨਾਮੈਂਟ ਵੀ ਰੱਦ ਕੀ ਗਏ ਆ ਦੋਸਤੋ ਤੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਪ੍ਰੋਮੋਟਰ ਸਪான்ਸਰ ਨਾ ਬਣੇ ਅਤੇ ਦੋਸਤੋ ਨਾ ਹੀ ਕੋਈ ਟੂਰਨਾਮੈਂਟ ਕਰਵਾਇਆ ਜਾਵੇ ਤੇ ਦੋਸਤੋ ਕੱਲ ਪੁਲਿਸ ਪ੍ਰਸ਼ਾਸਨ ਨੇ ਵੀ ਦੱਸਿਆ ਸੀ ਕਿ ਦੋ ਤੁਹਾਨੂੰ ਕੋਈ ਨਵੀਂ ਅਪਡੇਟ ਦੇਵਾਂਗਾ ਤੇ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਪੁਲਿਸ ਪ੍ਰਸ਼ਾਸਨ ਨੇ ਅਨਾਉਂਸ ਕਰ ਦਿੱਤਾ ਹੈ ਬਾਕੀ ਦੋਸਤੋ ਇਹੀ ਜਾਣਕਾਰੀ ਤੁਹਾਨੂੰ ਦੇਣੀ ਸੀ ਸੰਦੀਪ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿੰਨੀ ਦਰਦਨਾਕ ਜੋ ਇੱਕ ਵੱਡੀ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਬਾਕੀ ਜਦੋਂ ਵੀ ਸੰਦੀਪ ਦੇ ਨਵੀਂ ਅਪਡੇਟ ਆਵੇਗੀ ਸੰਦੀਪ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ